ਰਹਿ ਦੁਨੀਆ ਵਾਲੋ, ਟਾਈਮ ਪਾਸ ਕਰਨਾ ਹੈ ਨਾ ਤੋ ਪਬਜੀ ਖੇਲ ਲਿਆ ਕਰੋ। ਕਿਸੇ ਕੀ ਭਾਣ ਬੇਟੀ ਔਰ ਕਿਸੇ ਕਾ ਭਾਈ ਬੇਟਾ ਖਿਲੋਣਾ ਨਹੀਂ ਹੋਇਆ ਕਰਦਾ। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ। ਮੈਂ ਜੈਲਦਾਰ, ਤੁਹਾਡਾ ਆਪਣਾ ਹੋਸਟ, ਤੇ ਤੁਸੀਂ ਦੇਖ ਰਹੇ ਹੋ ਮਰਜਾਣਾ ਟੀਵੀ। ਦੋਸਤੋ, ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਬੁਰੀ ਖਬਰ ਲੈ ਕੇ ਆਏ ਹਾਂ। ਟਿਕਟੌਕ ਅੱਜ ਦੇ ਸਮੇਂ ਦਾ ਸੋਸ਼ਲ ਮੀਡੀਆ ਦਾ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਸ ਤੇ ਅੱਜ ਕੱਲ ਹਰ ਕੋਈ ਐਂਟਰਟੇਨਮੈਂਟ ਵੀਡੀਓ ਪਾਉਂਦਾ ਹੀ ਰਹਿੰਦਾ ਹੈ, ਤੇ ਅਜਿਹੇ ਟਿਕਟੌਕ ਤੇ ਵੀਡੀਓ ਪਾ ਸਟਾਰ ਬਣੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜੀ ਹਾਂ ਦੋਸਤੋ, ਇਹ ਨੌਜਵਾਨ ਜਿਮ ਇੰਸਟ੍ਰਕਟਰ ਜੋ ਆਪਣੀਆਂ ਟਿਕਟੌਕ ਅਤੇ ਇੰਸਟਾਗ੍ਰਾਮ ਪੋਸਟਾਂ ਲਈ ਕਾਫੀ ਮਸ਼ਹੂਰ ਸਨ, ਜਿਸ ਨੂੰ ਕੱਲ ਹਮਲਾਵਾਰਾਂ ਨੇ 13 ਗੋਲੀਆਂ ਮਾਰੀਆਂ ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੋਹਿਤ ਮੋਰ, ਜਿਸ ਦੀ ਉਮਰ 27 ਸਾਲ ਹੈ, ਕੱਲ ਸ਼ਾਮ 5:15 ਤੇ ਨਜਫਗੜ੍ਹ ਦੇ ਧਰਮਪੁਰਾ ਇਲਾਕੇ ਚ ਦੋਸਤ ਦੀ ਫੋਟੋ ਸਟੇਟ ਦੁਕਾਨ ਤੇ ਮਿਲਣ ਗਿਆ ਸੀ। ਮੋਹਿਤ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਜਦੋਂ 3 ਹਮਲਾਵਾਰ ਦੁਕਾਨ ਵਿੱਚ ਵੜ ਕੇ ਗੋਲੀਆਂ ਚਲਾਉਣ ਲੱਗੇ। ਮੋਹਿਤ ਦੁਕਾਨ ਦੇ ਅੰਦਰ ਸੋਫੇ ਤੇ ਡਿੱਗ ਪਿਆ। ਉਸ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਕਿਉਂਕਿ ਉਸਦੇ 13 ਗੋਲੀਆਂ ਮਾਰੀਆਂ ਗਈਆਂ ਸਨ। ਕਿਹਾ ਜਾ ਰਿਹਾ ਸੀ ਕਿ 3 ਹਮਲਾਵਾਰ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਨੇ ਹੈਲਮੈਟ ਪਾਈ ਹੋਈ ਸੀ। ਇਹ 3ੋਂ ਹਮਲਾਵਾਰ ਸਕੂਟੀ ਤੇ ਆਏ ਸਨ। ਮੋਹਿਤ ਦੇ ਟਿਕਟੌਕ ਤੇ 5 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਸਨ ਤੇ ਇੰਸਟਾਗ੍ਰਾਮ ਤੇ 3,000 ਫੋਲੋਅਰ ਸਨ। ਉਹ ਇੰਸਟਾਗ੍ਰਾਮ ਤੇ ਫਿਟਨੈਸ ਵੀਡੀਓ ਪਾਉਂਦਾ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਹ ਪੈਸਿਆਂ ਦੇ ਝਗੜੇ ਦਾ ਮਾਮਲਾ ਲੱਗਦਾ ਹੈ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਸ ਪਿੱਛੇ ਅਸਲ ਕਾਰਨ ਕੀ ਸੀ। ਸੋ ਦੋਸਤੋ, ਤੁਸੀਂ ਸਾਡੇ ਚੈਨਲ ਨਾਲ ਬਣੇ ਰਹੋ, ਇਸ ਸੰਬੰਧੀ ਜਦੋਂ ਵੀ ਸਾਨੂੰ ਕੋਈ ਨਵੀਂ ਅਪਡੇਟ ਮਿਲੇਗੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਹੁਣ ਦੇ ਲਈ ਇੰਨਾ ਹੀ, ਜਲਦ ਕਿਸੇ ਨਵੀਂ ਅਪਡੇਟ ਨਾਲ ਮਿਲਾਂਗੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਜੈ ਮੈਂ ਮਰ ਜਾ ਰਾਮ ਮੇਰਾ ਅਗਲੇ ਜਨਮ ਮੈਂ ਵੀ ਗਾਮ ਯੋ ਹੈ ਰਾਖੀਏ ਯਾਹੇ ਮਾਂ ਮਿਲ ਜਾਵੇ ਦੁਬਾਰਾ ਯਾਹੇ ਮਾਂ ਮਿਲ ਜਾਵੇ।